ਲੋਕ ਰਣ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਦੇ ਲਈ ਸਿਆਸੀ ਮਾਹਿਰ ਡਾਕਟਰ ਪਰਮਿੰਦਰ ਸਿੰਘ ਸਰ, ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਪੰਜਾਬ ਦੇ ਵਿੱਚ ਨਵਾਂ ਮੁੱਖ ਮੰਤਰੀ ਦਾ ਐਲਾਨ ਕੀ ਹੋਇਆ, ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ। ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸਾਂ ਦੀ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ ਇੱਕ ਅਹਿਮ ਨੁਕਤਾ, ਜੋ ਇੱਕ ਅਹਿਮ ਮੁੱਦਾ, ਬੀਜੇਪੀ ਦੇ ਲੀਡਰ ਸੀ ਅਨਿਲ ਜੋਸ਼ੀ ਅਕਾਲੀ ਦਲ ਜੁਆਇਨ ਕਰ ਗਏ, ਉਹ ਪ੍ਰੈਸ ਕਾਨਫਰੰਸ ਕਰਦੇ ਹੈ। ਪ੍ਰੈਸ ਕਾਨਫਰੰਸ ਕਰਕੇ ਉਹ ਜੋ ਅੱਲੇ ਜ਼ਖਮ ਨੇ ਉਹਨਾਂ ਨੂੰ ਛੇੜਦੇ ਨੇ, ਉਹਨਾਂ ਜ਼ਖਮਾਂ ਨੂੰ ਉਹ ਕੁਰੇਦੇ ਨੇ। ਗੱਲ ਲੈ ਕੇ ਜਾਂਦੇ ਨੇ ਉਹ 1984 'ਤੇ ਕਿ 1984 ਦੇ ਵਿੱਚ ਕਾਂਗਰਸ ਨੇ ਐਂ ਕੀਤਾ, 1984 ਦੇ ਵਿੱਚ ਕਾਂਗਰਸ ਨੇ ਐਂ ਕੀਤਾ। ਹਾਲਾਂਕਿ ਜੇਕਰ ਗੱਲ ਕਰੀਏ ਜਦੋਂ ਅਨਿਲ ਜੋਸ਼ੀ ਬੀਜੇਪੀ ਦੇ ਵਿੱਚ ਸੀ, ਉਦੋਂ ਵੀ ਉਹਨਾਂ ਨੂੰ ਦੇਖਣਾ ਬਣਦਾ ਸੀ। ਐਲ ਕੇ ਅਡਵਾਨੀ ਜੋ ਵੱਡੇ ਲੀਡਰ ਨੇ ਬੀਜੇਪੀ ਦੇ, ਹੁਣ ਤਾਂ ਖੁੰਜੇ ਲਾਏ ਹੋਏ ਨੇ। ਉਹਨਾਂ ਨੇ ਆਪਣੀ ਬਾਇਓਗ੍ਰਾਫੀ ਲਿਖੀ ਹੋਈ ਹੈ, ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਜੇਕਰ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪਿੱਛੋਂ ਅਸੀਂ ਮਜਬੂਰ ਕੀਤਾ, ਇਸ ਕਰਕੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਦੇ ਉੱਤੇ। ਤਾਂ ਜਦੋਂ ਅਨਿਲ ਜੋਸ਼ੀ ਬੀਜੇਪੀ ਦੇ ਵਿੱਚ ਸੀ ਜਾਂ ਪਰ ਉਹ ਛੱਡ ਕੇ ਆਏ ਨੇ ਬੀਜੇਪੀ, ਤਾਂ ਇਹ ਗੱਲਾਂ ਅਨਿਲ ਜੋਸ਼ੀ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਾਂ ਪਰ ਉਹ ਜਾਣ ਬੁੱਝ ਕੇ ਚੁੱਪ ਨੇ। ਉਹ ਤਾਂ ਆਪਾਂ ਨੂੰ ਖੈਰ ਜਾਣਦੇ ਹੀ, ਆਪਾਂ ਚੁੱਪ ਸਾਹਿਬ ਇਹ ਸਿਆਸਤ ਕਰਕੇ ਨੇ, ਜਾਣ ਬੁੱਝ ਕੇ ਨੇ। ਦੂਜੇ ਪਾਸੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸਾਨ ਆਗੂਆਂ ਦੀ ਟਾਈ ਫਸ ਗਈ। 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋਗਰਾਮ ਕੀਤਾ ਕਿ ਅਸੀਂ ਕਾਲਾ ਦਿਨ ਮਨਾਵਾਂਗੇ ਦਿੱਲੀ ਦੇ ਵਿੱਚ ਜਾ ਕੇ। ਉੱਥੇ ਕੁੱਝ ਕਿਸਾਨ ਮੁੰਡਿਆਂ ਦੇ ਨਾਲ ਜੋ ਵਰਕਰ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨਾਲ ਥੋੜ੍ਹਾ ਜਿਹਾ ਆਪਾਂ, ਤੁਸੀਂ ਜੋ ਵੀਡੀਓ ਵਾਇਰਲ ਹੋਈਆਂ ਸਾਰਿਆਂ ਨੇ ਦੇਖੀਆਂ, ਉਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕਾਨਫਰੰਸ ਕੀਤੀ। ਉੱਥੇ ਰਾਜੇਵਾਲ ਸਾਹਿਬ ਦਾ ਬਿਆਨ ਆਇਆ, ਉਸ 'ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਅਖੀਰ ਦੇ ਵਿੱਚ ਕਾਂਗਰਸ ਪਾਰਟੀ ਦਾ ਜੋ ਆਪਸੀ ਜੋ ਕੱਲ੍ਹ ਤੁਸੀਂ ਦੇਖਣ ਨੂੰ ਮਿਲਿਆ, ਕੱਲ੍ਹ ਦਿੱਲੀ ਵੀ ਗਏ ਸੀ, ਉਸ ਤੋਂ ਬਾਅਦ ਕੀ ਪ੍ਰਕਿਰਿਆ ਵਾਪਰੀ, ਕੀ ਨਵੇਂ ਮਾਹੌਲ ਵਾਪਰੇ, ਉਸ 'ਤੇ ਵੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਾਂਗੇ ਜੋਸ਼ੀ ਤੋਂ। ਜੀ, ਜੋਸ਼ੀ ਸਾਹਿਬ 84 'ਚ ਲੈ ਕੇ ਚਲੇ ਗਏ, ਕਹਿੰਦੇ ਕਾਂਗਰਸ ਨੇ ਐਂ ਕੀਤਾ, ਪਰ ਜੋਸ਼ੀ ਸਾਹਿਬ ਉਦੋਂ ਦੇਖਦੇ ਜਦੋਂ ਬੀਜੇਪੀ ਦੇ ਵਿੱਚ ਸੀ। ਐਲ ਕੇ ਅਡਵਾਨੀ ਨੇ, ਹੋਰ ਬੀਜੇਪੀ ਦੇ ਲੀਡਰਾਂ ਨੇ ਆਪਣੀਆਂ ਕਿਤਾਬਾਂ ਲਿਖੀਆਂ ਨੇ, ਕਿਤਾਬਾਂ ਦੇ ਵਿੱਚ ਬਾਕਾਇਦਾ ਜ਼ਿਕਰ ਕੀਤਾ ਹੈ, ਉਦੋਂ ਉਹ ਕਿਉਂ ਨਹੀਂ ਬੋਲੇ? ਹੁਣ ਤੁਸੀਂ ਇੱਕ ਜਦੋਂ ਪੰਜਾਬ ਇੱਕ ਸੇਫ ਥਾਂ ਉੱਤੇ, ਇੱਕ ਆਪਣੇ ਸਹੀ ਲੀਹ ਉੱਤੇ ਚੱਲਦਾ, ਤੁਸੀਂ ਫਿਰ ਉਸ ਅੱਗ ਦੇ ਵਿੱਚ ਝੁਕਣਾ ਚਾਹੁੰਦੇ ਹੋ ਪੰਜਾਬ ਨੂੰ? ਪੰਗੂ ਸਾਹਿਬ, ਦੇਖੋ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ ਤਾਂ 84 ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇੰਨੀ ਵਾਰੀ ਗੱਲਾਂ ਬਾਤਾਂ ਹੋ ਚੁੱਕੀਆਂ ਨੇ ਔਰ ਹਰ ਪਾਰਟੀ ਕਰ ਚੁੱਕੀ ਹੈ ਇਹਦੇ ਬਾਰੇ। ਕਾਂਗਰਸ ਵੀ ਆਪਣੀਆਂ ਸਫਾਈਆਂ ਦੇ ਚੁੱਕੀ ਹੈ, ਅਕਾਲੀ ਦਲ ਆਪਣੀਆਂ ਸਫਾਈਆਂ ਦੇ ਚੁੱਕੇ ਹੈ, ਬੀਜੇਪੀ ਨੇ ਆਪਣੀਆਂ ਗੱਲਾਂ ਰੱਖੀਆਂ ਨੇ, ਔਰ ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਆਪਣੇ ਵਿਊ ਪੁਆਇੰਟ ਜਿਹੜੇ ਨੇ ਉਹ ਰੱਖੇ ਹੋਏ ਨੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋਸ਼ੀ ਸਾਹਿਬ ਅੱਜ ਦੀ ਡੇਟ ਦੇ ਵਿੱਚ 21ਵੀਂ ਸਦੀ ਦੇ ਵਿੱਚ ਔਰ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਇਹ ਮੁੱਦੇ ਨੂੰ ਕਿਉਂ ਭੜਕਾ ਰਹੇ ਨੇ ਅੱਜ ਜਦੋਂ ਚੋਣਾਂ ਨੇੜੇ ਆ ਰਹੀਆਂ ਨੇ। ਜਿਉਂ ਜਿਉਂ ਤੁਸੀਂ ਦੇਖੋਗੇ ਕਿ 22 ਦੀਆਂ ਚੋਣਾਂ ਜਿਹੜੀਆਂ ਨੇ ਬਹੁਤ ਨੇੜੇ ਆ ਚੁੱਕੀਆਂ ਨੇ, 5 ਮਹੀਨੇ ਰਹਿ ਗਏ ਨੇ, ਤਾਂ ਉਸ ਵੇਲੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਭੜਕਾ ਕੇ, ਯਾਨੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ, ਇਹਦਾ ਮਤਲਬ ਇਹੀ ਹੈ ਕਿ ਤੁਸੀਂ ਬੀਜੇਪੀ ਦੇ ਵਿੱਚੋਂ ਅਕਾਲੀ ਦਲ 'ਚ ਆ ਕੇ ਏਜੰਡਾ ਤੁਸੀਂ ਬੀਜੇਪੀ ਵਾਲਾ ਰੱਖਿਆ ਹੋਇਆ। ਸੋ ਬੀਜੇਪੀ ਇਹੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀਆਂ ਘਟਨਾਵਾਂ ਵਾਪਰਨ, ਲੋਕ ਧਰਮ ਦੇ ਨਾਂ ਦੇ ਉੱਤੇ ਇੱਕ ਦੂਜੇ ਨਾਲ ਫੜ ਜਾਣ ਔਰ ਇੱਥੇ ਰਾਸ਼ਟਰਪਤੀ ਰਾਜ ਲੱਗ ਜੇ। ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਫਾਇਦਾ ਬੀਜੇਪੀ ਨੂੰ ਮਿਲ ਜਾਏ। ਤੋ ਤੁਸੀਂ ਇਹੀ ਗੱਲ ਆਪਾਂ ਇਸ ਤੋਂ ਇਹੀ ਗੱਲ ਸਮਝ ਰਹੇ ਹਾਂ ਕਿ ਚਾਹੇ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਵਾਲੇ ਹੋਣ, ਇਹ ਇਸ ਵੇਲੇ ਇਹਨਾਂ ਨੂੰ ਸੂਟ ਨਹੀਂ ਕਰਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਧਰਨਿਆਂ 'ਤੇ ਕਿਉਂ ਬੈਠੇ ਨੇ, ਪੰਜਾਬ ਦੇ ਲੋਕ ਸੜਕਾਂ 'ਤੇ ਕਿਉਂ ਆਏ ਹੋਏ ਨੇ, ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਪ੍ਰਤੀ ਚੇਤਨ ਹੋ ਰਹੇ ਨੇ, ਪੰਜਾਬ ਦੇ ਲੋਕ ਸਵਾਲ ਇਹਨਾਂ ਤੋਂ ਵੱਡੇ ਵੱਡੇ ਪੁੱਛ ਰਹੇ ਨੇ। ਸੋ ਇਹ ਗੱਲਾਂ ਜਿਹੜੀਆਂ ਨੇ ਨਾ ਬੀਜੇਪੀ ਨੂੰ ਸੂਟ ਕਰ ਰਹੀਆਂ ਨੇ, ਨਾ ਅਕਾਲੀ ਦਲ ਨੂੰ ਸੂਟ ਕਰ ਰਹੀਆਂ ਨੇ, ਨਾ ਹੀ ਕਾਂਗਰਸ ਵਾਲਿਆਂ ਨੂੰ ਸੂਟ ਕਰ ਰਹੀਆਂ ਨੇ। ਸੋ ਨਤੀਜਾ ਕੀ ਨਿਕਲ ਰਿਹਾ? ਨਤੀਜਾ ਇਹ ਨਿਕਲ ਰਿਹਾ ਕਿ ਸਾਰੇ ਜਿਹੜੀ ਲੀਡਰਸ਼ਿਪ ਹੈ, ਚਾਹੇ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਚਾਹੇ ਬੀਜੇਪੀ ਵਾਲਿਆਂ ਦੀ ਚਾਹੇ ਕਾਂਗਰਸ ਵਾਲਿਆਂ ਦੀ, ਕਿਤੇ ਨਾ ਕਿਤੇ ਮੁੱਦਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਤੁਸੀਂ ਦੇਖੋਗੇ ਕਿ ਕਿਸੇ ਵੇਲੇ ਧਰਮ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਤਾਂ ਦੇ ਨਾਂ ਦੇ ਉੱਤੇ ਭੜਕਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼, ਇਸ ਤਰ੍ਹਾਂ ਧਰਮਾਂ ਦੇ ਨਾਂ ਦੇ ਉੱਤੇ ਕੀਤੀ ਜਾ ਰਹੀ ਹੈ। ਸੋ ਜੋਸ਼ੀ ਸਾਹਿਬ ਨੂੰ ਇਹੀ ਗੱਲ ਪੁੱਛਣੀ ਚਾਹੀਦੀ ਹੈ ਕਿ ਅੱਜ ਤੁਹਾਨੂੰ 84 ਦਾ ਯਾਦ ਆ ਗਈ ਹੈ,
ਸਾਢੇ ਚਾਰ ਸਾਲ ਤੁਹਾਨੂੰ ਇਹ ਯਾਦ ਨਹੀਂ ਆਈ, ਅੱਜ ਜਦੋਂ ਚੋਣਾਂ ਨੇੜੇ ਆ ਗਈਆਂ ਤੁਸੀਂ ਲੋਕਾਂ ਨੂੰ ਵੰਡ ਕੇ ਜਿਹੜਾ ਹੈਗਾ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਬੜੇ ਧਰਮ ਦੇ ਹਿਤੈਸ਼ੀ ਹਾਂ, ਔਰ ਚਾਹੇ ਬੀਜੇਪੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਤਿੰਨਾਂ ਦਾ ਬੁਨਿਆਦੀ ਤੌਰ 'ਤੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਰਾਜ ਰਹੇ ਆਪਾਂ ਸਾਰੇ ਜਾਣਦੇ ਹਾਂ। ਪਰ ਉਹਦੇ ਵਿੱਚ ਅੱਜ ਜੇ ਸਾਰੇ ਪੰਜਾਬ ਸੜਕਾਂ 'ਤੇ ਬੈਠਾ ਹੈ ਔਰ ਮਜਬੂਰ ਹੋ ਰਿਹਾ, ਤਾਂ ਇਹਦੇ ਵਿੱਚ ਜੇ ਅੱਜ ਪੰਜਾਬ ਦੀ ਉੱਤੇ ਇੱਡਾ ਵੱਡਾ ਸੰਕਟ ਹੈ, ਕਿਸਾਨੀ ਦਾ ਸੰਕਟ ਹੈ, ਨੌਜਵਾਨਾਂ ਦਾ ਸੰਕਟ ਹੈ, ਪਾਣੀਆਂ ਦਾ ਸੰਕਟ ਹੈ, ਹੋਰ ਬੜੇ ਵੱਡੇ ਸੰਕਟ ਨੇ, 3 ਲੱਖ ਕਰੋੜ ਰੁਪਏ ਦਾ ਅੱਜ ਕਰਜ਼ਈ ਹੋਇਆ ਪਿਆ ਪੰਜਾਬ, ਤਾਂ ਇਹ ਕਿਹਨੇ ਕੀਤਾ? ਇਹਦੇ ਕਰਜ਼ਈ ਆਪਣੇ ਆਪ ਤਾਂ ਨਹੀਂ ਹੋ ਗਿਆ, ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਜਿਹੜੇ 5 ਸਾਲ ਜਿਹੜੇ ਨੇ ਪੰਥਕ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਅਕਾਲੀ ਦਲ ਨੇ ਸੱਤਾ ਭੋਗੀ ਹੈ 5 ਸਾਲ, ਵੱਡੇ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ 5 ਵਾਰ ਮੁੱਖ ਮੰਤਰੀ ਰਹੇ ਨੇ, ਸੋ ਉਹ ਉਹਨਾਂ 'ਤੇ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ? ਇਹ ਵੱਡੇ ਸਵਾਲ ਨੇ ਕਿ ਜੇਕਰ ਅੱਜ ਇਹ ਸਮੱਸਿਆਵਾਂ ਆ ਰਹੀਆਂ ਨੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਤਾਂ ਉਹਦੇ ਵਿੱਚ ਅਕਾਲੀ ਦਲ ਔਰ ਬੀਜੇਪੀ ਔਰ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਹੁਣ ਤੱਕ ਅਪਣਾਈਆਂ ਗਈਆਂ, ਉਹਦੇ ਕਰਕੇ ਅੱਜ ਇਹ ਜਿਹੜੀਆਂ ਨੇ ਸਥਿਤੀਆਂ 'ਤੇ ਪਹੁੰਚਿਆ ਹੋਇਆ। ਗੱਲ ਤਾਂ ਇਹ ਕਰਨੀ ਚਾਹੀਦੀ ਹੈ ਇਹਨਾਂ ਲੀਡਰਾਂ ਨੂੰ ਕਿ ਪੰਜਾਬ ਇਹਨਾਂ ਸੰਕਟਾਂ 'ਚੋਂ ਕਿਵੇਂ ਨਿਕਲੇ, ਉਹਦੇ ਲਈ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਭਾਈ ਦੱਸੋ ਕਿ ਜਿਹੜੀਆਂ ਗਲਤੀਆਂ ਹੋਈਆਂ ਹੋਈਆਂ ਨੇ ਸਾਡੀਆਂ, ਉਹਨਾਂ ਗਲਤੀਆਂ ਨੂੰ ਜਿਹੜਾ ਹੈਗਾ ਆਪਣੀ ਮੰਨੋ ਕਿ ਲੋਕਾਂ ਦੇ ਸਾਹਮਣੇ ਇਹ ਗੱਲ ਤੁਹਾਨੂੰ ਮੰਨਣੀ ਚਾਹੀਦੀ ਅੱਜ ਅਕਾਲੀ ਦਲ ਨੂੰ ਕਿ ਭਾਈ ਸਾਡੇ ਤੋਂ ਗਲਤੀ ਹੋ ਗਈ ਸੀ, ਔਰ ਅਸੀਂ ਜਿਹੜੇ 3 ਕਾਲੇ ਕਾਨੂੰਨ ਬਣਾ ਕੇ ਉੱਥੇ ਜਿਹੜੇ ਸਾਈਨ ਕੀਤੇ ਹੋਏ ਨੇ ਬੀਬੀ ਹਰਸਿਮਰਤ ਬਾਦਲ ਹੋਰਾਂ ਨੇ, ਜਾਂ ਤਾਂ ਉੱਥੇ ਆਪਣੀ ਗਲਤੀ ਮੰਨ ਲੜ ਕੇ ਸਾਡੇ ਤੋਂ ਗਲਤੀ ਹੋ ਗਈ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਸੁਧਾਰਨਾ ਚਾਹੁੰਦੇ ਹਾਂ, ਇਹ ਮਤਲਬ ਉੱਤੋਂ ਕੀ ਹੋ ਰਿਹਾ ਕਿ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਨੇ। ਅੱਜ ਅਕਾਲੀ ਦਲ ਦੀ ਇਹ ਸਥਿਤੀ ਹੋ ਰਹੀ ਹੈ ਕਿ ਸਗੋਂ ਉੱਪਰੋਂ ਕਿਸਾਨਾਂ ਨੂੰ ਹੀ ਦੋਸ਼ੀ ਕਹਿ ਰਹੇ ਨੇ ਕਿ ਤੁਸੀਂ ਦੋਸ਼ੀ ਹੋ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਪਾਰਟੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਦੀ ਬਜਾਏ ਤੁਸੀਂ ਦੱਸੋ ਵੀ ਅੱਜ ਪੰਜਾਬ ਨੂੰ ਅਸੀਂ ਦੇਣਾ ਕੀ ਚਾਹੁੰਦੇ ਹਾਂ, ਪੰਜਾਬ ਦੇ ਲਈ ਕੀ ਏਜੰਡਾ ਹੈ, ਪੰਜਾਬ ਅੱਜ ਇੱਡੇ ਵੱਡੇ ਸੰਕਟ 'ਚ ਹੈ ਤਾਂ 3 ਲੱਖ ਕਰੋੜ ਦਾ ਜੇ ਕਰਜ਼ਾ ਹੈ ਤਾਂ ਕਿਵੇਂ ਕੱਢਿਆ ਜਾ ਸਕਦਾ ਹੈ, ਇਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕ ਜਿਹੜੇ ਨੇ, ਨੌਜਵਾਨ ਜਿਹੜੇ ਨੇ, ਉਹ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਅੱਜ, ਉਹਨਾਂ ਨੂੰ ਕਿਵੇਂ ਨੌਕਰੀ ਦਿੱਤੀ ਜਾ ਸਕਦੀ ਹੈ ਉਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਜ ਲਗਭਗ 100 ਕਰੋੜ ਜਿਹੜਾ ਹੈਗਾ ਉਹਦਾ ਕਰ 1000 ਕਰੋੜ ਰੁਪਏ ਦਾ ਕਰਜ਼ਾ ਹੈ, ਸੋ ਉਹਨੂੰ ਉਹ ਕਿਵੇਂ ਕਰਜ਼ਾ ਉਤਾਰਿਆ ਜਾਵੇਗਾ ਉਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ। ਸੋ ਉਹਦੀ ਬਜਾਏ ਕੀ ਹੋ ਰਿਹਾ ਕਿ ਪੁਰਾਣੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁਰਾਣੀਆਂ ਗੱਲਾਂ ਕੱਢ ਕੇ ਲੋਕਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਤੁਸੀਂ ਵੰਡੇ ਜਾਓ ਔਰ ਜਾਤਾਂ ਦੇ ਨਾਂ ਦੇ ਉੱਤੇ ਤੁਸੀਂ ਵੰਡੇ ਜਾਓ, ਖੇਤਰਾਂ ਦੇ ਨਾਂ ਦੇ ਉੱਤੇ, ਭਾਸ਼ਾਵਾਂ ਦੇ ਨਾਂ ਦੇ ਉੱਤੇ ਵੰਡੇ ਜਾਓ, ਸੋ ਇੱਦਾਂ ਦੀ ਵੰਡ ਪਾਉਣ ਦੀਆਂ ਡਿਵਾਈਡ ਐਂਡ ਰੂਲ ਜਿਹੜਾ ਕਿਸੇ ਵੇਲੇ ਅੰਗਰੇਜ਼ਾਂ ਨੇ ਨੀਤੀਆਂ ਅਪਣਾਈਆਂ ਸੀਗੀਆਂ ਸਾਡੇ ਉੱਤੇ, ਉਹੀ ਰੂਲ ਜਿਹੜਾ ਹੈਗਾ ਅਪਣਾਉਣ ਦੀ ਕੋਸ਼ਿਸ਼ ਜੋਸ਼ੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਪੰਗੂ ਸਾਹਿਬ, ਗੱਲ ਡਾਕਟਰ ਸਾਹਿਬ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਅਤੇ BSP ਦਾ ਇੱਕ ਜੋ ਕਹਿ ਸਕਦੇ ਹਾਂ ਆਪਾਂ, ਜੋ ਉਹ ਨੀਤੀ ਸੀ, ਪੋਲੀਟੀਕਲ ਸਟ੍ਰੈਟਜੀ ਸੀ ਜੋ ਕਿ ਦਲਿਤ ਵੋਟ ਬੈਂਕ ਨੂੰ ਹਥਿਆਉਣ ਦੀ, BSP ਨਾਲ ਗੱਠਜੋੜ ਅਤੇ ਉਪ ਮੁੱਖ ਮੰਤਰੀ ਦਾ ਐਲਾਨ, ਕਾਂਗਰਸ ਨੇ ਮਾਰਕਾ ਮਾਰ ਲਿਆ ਉਸ ਗੱਲ ਉੱਤੇ। ਜੀ ਜੀ, ਹਾਂ, ਹੁਣ ਘਬਰਾਏ ਤਾਂ ਇੱਥੋਂ ਹੋਏ ਨੇ ਉਹ, ਅਸਲੀ ਘਬਰਾਹਟ ਜਿਹੜੀ ਅਕਾਲੀ ਦਲ ਔਰ ਖਾਸ ਤੌਰ 'ਤੇ ਜਿਹੜੇ ਬਸਪਾ ਦੀ ਲੱਗ ਰਹੀ ਹੈ ਉਹ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਆਰਾਮ ਨਾਲ ਸੱਤਾ 'ਚ ਆ ਜਾਂਗੇ ਅਗਲੇ ਵਾਰੀ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸੁਪਨਾ ਉਹ ਲੈ ਰਹੇ ਸੀਗੇ, ਪਰ ਜਿਹੜਾ ਧੋਬੀ ਪਟਕਾ ਮਾਰਿਆ ਕਾਂਗਰਸ ਨੇ ਉੱਥੋਂ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡਾ ਕੀ ਬਣੇਗਾ, ਹੁਣ ਨਾ ਤਾਂ ਸਾਨੂੰ ਦਲਿਤਾਂ ਦੇ ਸਹਾਰੇ ਵੋਟ ਮਿਲਣੀ ਹੈ, ਨਾ ਸਾਨੂੰ ਜੱਟ ਸਿੱਖਾਂ ਦੀ ਵੋਟ ਮਿਲਣੀ ਹੈ, ਨਾ ਸਾਨੂੰ ਕਿਸਾਨਾਂ ਦੀ ਵੋਟ ਮਿਲਣੀ ਹੈ, ਨਾ ਸਾਨੂੰ ਪੰਥ ਦੇ ਨਾਂ ਦੇ ਉੱਤੇ ਵੋਟ ਮਿਲ ਰਹੀ ਹੈ। ਸੋ ਸਾਰੀਆਂ ਜਿਹੜੀਆਂ ਵੱਖ ਵੱਖ ਇਹਨਾਂ ਨੇ ਕੈਲਕੂਲੇਸ਼ਨਸ ਕੀਤੀਆਂ ਸੀਗੀਆਂ, ਗਿਣਤੀਆਂ ਮਿਣਤੀਆਂ ਕੀਤੀਆਂ ਸੀਗੀਆਂ, ਉਹ ਇਹਨਾਂ ਦੀਆਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਨੇ, ਔਰ ਉਸ ਘਬਰਾਹਟ ਦੇ ਵਿੱਚੋਂ ਹੀ ਤੁਸੀਂ ਦੇਖੋਗੇ ਕਿ ਇਹ ਪੁਰਾਣੇ ਜਿਹੜੇ ਗੱਲਾਂ ਬਾਤਾਂ ਕੱਢ ਕੇ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ, ਉਹ ਹੁਣ ਜੇ ਆਪਾਂ ਕਹੀਏ ਕਿ ਇਹਨਾਂ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਫਸ ਕੇ ਜਿਹੜਾ ਹੈਗਾ ਕੋਈ ਇੱਦਾਂ ਦੀ ਕਾਰਵਾਈ ਕਰਨਗੇ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਬੁੱਧੂ ਬਣਾਉਣ ਦੀ ਕੋਸ਼ਿਸ਼ ਜਿਹੜੇ ਇਹ ਕਰ ਰਹੇ ਨੇ, ਲੋਕ ਇਹਨਾਂ ਦੇ ਕਹੇ ਤੋਂ ਬੁੱਧੂ ਬਣ ਜਾਣਗੇ, ਇਹਨਾਂ ਦਾ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀ। ਪੰਗੂ ਸਾਹਿਬ, ਡਾਕਟਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਫਿਰ ਪ੍ਰੈਸ ਕਾਨਫਰੰਸ ਕੀਤੀ, ਉਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਬਿਆਨ ਆਉਂਦਾ ਅਕਾਲੀ ਦਲ ਦੇ ਉੱਤੇ, ਜੋ ਪਹਿਲੀ ਕਾਨਫਰੰਸ ਸੀ ਅਕਾਲੀ ਦਲ ਦੀ, ਉਸ ਨੂੰ ਸੰਬੋਧਨ ਹੋ ਕੇ ਬਲਵੀਰ ਸਿੰਘ ਰਾਜੇਵਾਲ ਪ੍ਰੈਸ ਕਾਨਫਰੰਸ ਕਰਦੇ ਨੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਮੁੱਢਲੀ ਸਥਾਨਕ ਵੱਡੀ ਲੀਡਰਸ਼ਿਪ
ਫਿਰ ਇੱਕ ਵਾਰ ਪ੍ਰੈਸ ਕਾਨਫਰੰਸ ਕਰਦੀ ਹੈ, ਤਾਂ ਫਿਰ ਲੱਗਦਾ ਕੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ, ਮੈਨੂੰ ਲੱਗਦਾ ਕਿ ਹੁਣ ਇਹ ਆਹਮੋ ਸਾਹਮਣੇ ਖੜ ਗਏ ਇੱਕ ਦੂਜੇ ਦੇ ਟਕਰਾਅ ਵਾਲੀ ਸਥਿਤੀ ਦੇ ਵਿੱਚ। ਪੰਗੂ ਸਾਹਿਬ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਹੁਣ ਨਾ ਤਾਂ ਕਿਸਾਨਾਂ ਨੇ ਇਹਨਾਂ ਨੂੰ ਬੁਲਾਇਆ, ਨਾ ਕਿਤੇ ਸੱਦਿਆ ਕੋਈ ਕੋਈ ਸੱਦਾ ਪੱਤਰ ਦਿੱਤਾ। ਇਹ ਆਪਣੇ ਆਪ ਹੀ ਜਾ ਕੇ ਦਿੱਲੀ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜੀ ਕਿਸਾਨਾਂ ਦੇ ਨਾਲ, ਜਿਹੜਾ ਹੈਗਾ ਇੱਕ ਸਾਲ ਹੋ ਗਿਆ, ਉਹਦੇ ਵਿਰੋਧ ਦੇ ਵਿੱਚ ਜਾ ਕੇ ਉੱਥੇ ਜਲੂਸ ਕੱਢਾਂਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀ ਕੀ ਮੰਗ ਹੈ? ਕਿਸਾਨ ਇਹ ਕਹਿੰਦੇ ਨੇ ਤੁਸੀਂ ਸਾਡੇ 'ਚ ਸ਼ਾਮਿਲ ਹੋਵੋ, ਤੁਸੀਂ ਐਜ਼ ਏ ਪੋਲੀਟੀਕਲ ਪਾਰਟੀ ਨਹੀਂ ਸ਼ਾਮਿਲ ਹੋਣਾ, ਤੁਸੀਂ ਇੱਕ ਜੇ ਤੁਹਾਨੂੰ ਕਿਸਾਨਾਂ ਨਾਲ ਹੇਜ ਹੈ, ਕਿਸਾਨਾਂ ਨਾਲ ਜੇ ਦਰਦ ਹੈ ਤੁਹਾਡਾ, ਤਾਂ ਜ਼ਰੂਰ ਤੁਸੀਂ ਸਾਡੇ 'ਚ ਕਿਸਾਨ ਦੇ ਤੌਰ 'ਤੇ ਸ਼ਾਮਿਲ ਹੋ ਜਾਓ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਪਰ ਇਹ ਕੀ ਹੈ ਕਿ ਤੁਸੀਂ ਆਪਣੀ ਵੱਖਰੀ ਡਫਲੀ ਵਜਾ ਕੇ ਦਿੱਲੀ ਦੇ ਵਿੱਚ ਕੋਸ਼ਿਸ਼ ਕਰ ਰਹੇ ਹੋ, ਲੈਣੀਆਂ ਤਾਂ ਤੁਸੀਂ ਵੋਟਾਂ ਨੇ, ਟਾਰਗੇਟ ਤੁਹਾਡਾ ਹੈ 22 ਦੀਆਂ ਚੋਣਾਂ, ਠੀਕ ਹੈ ਨਾ? ਤੁਸੀਂ ਕਿਸਾਨਾਂ ਦੇ ਭੇਸ ਬਦਲ ਕੇ ਕਿਸਾਨਾਂ ਦੇ ਨਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਇਸ ਕਿਸਮ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ ਦੇਖੋ ਤੁਹਾਡੇ ਨਾਲ ਖੜ੍ਹਦੇ ਨਜ਼ਰ ਆ ਰਹੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਅੰਦਰ ਖਾਤੇ ਜਿਹੜਾ ਟਕਰਾਅ ਦੀ ਨੀਤੀ ਕੋਸ਼ਿਸ਼ ਕਰ ਰਹੇ ਨੇ, ਇਹਦਾ ਨੁਕਸਾਨ ਪਹਿਲਾਂ ਵੀ ਅਕਾਲੀ ਦਲ ਨੂੰ ਹੋਇਆ, ਹੋਰ ਜ਼ਿਆਦਾ ਹੋਏਗਾ। ਜਿੰਨਾ ਅਗਰੈਸਿਵ ਹੋ ਕੇ ਅਕਾਲੀ ਦਲ ਅੱਗੇ ਆਏਗਾ, ਕਿਸਾਨਾਂ ਦੇ ਨਾਂ ਦੇ ਉੱਤੇ ਇੱਦਾਂ ਦੇ ਐਜੀਟੇਸ਼ਨ ਲੜਨ ਦੀ ਕੋਸ਼ਿਸ਼ ਕਰੇਗਾ, ਉਹਨਾਂ ਹੀ ਵੋਟ ਬੈਂਕ ਉਹਦਾ ਖਿਸਕੇਗਾ। ਇਹ ਗੱਲ ਅਕਾਲੀ ਦਲ ਨੂੰ ਸਮਝਣੀ ਚਾਹੀਦੀ ਹੈ। ਸਗੋਂ ਅਕਾਲੀ ਦਲ ਨੂੰ ਤਾਂ ਇਹ ਚਾਹੀਦਾ ਸੀਗਾ ਕਿ ਕਿਸਾਨਾਂ ਦੇ ਨਾਲ ਪਿੱਛੇ ਬਹਿ ਕੇ ਉਹਨਾਂ ਦੇ ਝੰਡੇ ਦੇ ਉੱਤੇ ਜਿਹੜਾ ਸੀਗਾ ਤੁਹਾਨੂੰ ਲੜਨ ਦੀ ਲੋੜ ਸੀਗੀ। ਔਰ ਜੇ ਤੁਸੀਂ ਕਿਸਾਨਾਂ ਦੀ ਪਾਰਟੀ ਕਹਾਉਂਦੇ ਹੋ, ਜੇ ਕਿਸਾਨਾਂ ਨੇ ਤੁਹਾਨੂੰ 5 ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਬਾਦਲ ਸਾਹਿਬ ਨੂੰ, ਤਾਂ ਲਾਜ਼ਮੀ ਤੌਰ 'ਤੇ ਤੁਹਾਡਾ ਅੱਜ ਫਰਜ਼ ਬਣਦਾ ਤੁਸੀਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਐਡੀਆਂ ਵੱਡੀਆਂ ਜਿਹੜੀਆਂ ਨੇ ਕੁਰਸੀਆਂ ਹਾਸਲ ਕੀਤੀਆਂ ਨੇ, ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਹੁਣ ਤੁਸੀਂ ਜਿਹੜਾ ਹੈਗਾ ਮੋੜਵੇਂ ਰੂਪ ਦੇ ਵਿੱਚ ਉਹਨਾਂ ਦਾ ਸਾਥ ਦਿਓ। ਸੋ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਇਹ 3 ਕਾਲੇ ਕਾਨੂੰਨ ਲਾਗੂ ਕਰਵਾਏ ਸੀ ਅੱਜ ਤੋਂ ਸਾਲ ਪਹਿਲਾਂ, ਉਹ ਇਹੀ ਕਹਿੰਦੇ ਸੀਗੇ ਕਿ ਦੇਖੋ ਜੀ ਇਹ 3 ਕਾਲੇ ਕਾਨੂੰਨ ਨੇ, ਇਹਦਾ ਲਾਹੇਬੰਦ ਬਹੁਤ ਨੇ। ਸੋ ਉਦੋਂ 3-4 ਮਹੀਨਿਆਂ ਬਾਅਦ ਉਹਨਾਂ ਨੂੰ ਅਚਾਨਕ ਯਾਦ ਆਇਆ, ਜਦੋਂ ਕਿਸਾਨਾਂ ਨੇ ਰੌਲਾ ਪਾਇਆ, ਜਦੋਂ ਕਿਸਾਨ ਕੌਨਸ਼ੀਅਸ ਹੋ ਗਏ, ਜਦੋਂ ਕਿਸਾਨਾਂ ਨੇ ਉਹਨਾਂ ਦੇ ਘਰ ਘੇਰਨੇ ਸ਼ੁਰੂ ਕੀਤੇ, ਤਾਂ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਜਿਹੜਾ ਹੈਗਾ ਗਲਤ ਕਰ ਚੁੱਕੇ ਹਾਂ। ਸੋ ਇਹ ਸਾਰਾ ਕੁਝ ਜਿਹੜਾ ਹੈਗਾ 22 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਹੋ ਰਿਹਾ, ਔਰ ਸ਼ਾਇਦ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਅਸੀਂ ਸ਼ਾਇਦ ਇੱਦਾਂ ਕਰਕੇ ਸਾਡੀ ਵੋਟ ਬੈਂਕ ਵੱਧ ਜਾਏਗੀ। ਔਰ ਪਰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਦੇ ਨਾਲ BJP ਦੇ ਨਾਲ ਰਲ ਕੇ ਜਿਹੜਾ ਹੈਗਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਸੰਘਰਸ਼ ਨੂੰ ਪੰਜਾਬ ਦੇ ਵਿੱਚ ਦਬਾਇਆ ਜਾਏ, ਕਿਤੇ ਨਾ ਕਿਤੇ ਇਹਨੂੰ ਤਾਰ ਪੀਡੋ ਕੀਤਾ ਜਾਏ, ਔਰ ਇਹਦਾ ਜਿਹੜਾ ਹੈਗਾ ਝੁਕਾਅ ਦੂਜੇ ਪਾਸੇ ਕੀਤਾ ਜਾਏ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਔਰ ਪੰਜਾਬ ਦੇ ਲੋਕ ਇਸ ਵੇਲੇ ਬਹੁਤ ਚੇਤੰਨ ਨੇ, ਜਿੰਨਾ ਇਹ ਕਿਸਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ, ਕਿਸਾਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਨਗੇ, ਕਿਸਾਨਾਂ ਦੇ ਨਾਂ ਦੇ ਉੱਤੇ ਇੱਦਾਂ ਦੇ ਜਿਹੜੇ ਹੈਗੇ ਡਰਾਮੇਬਾਜ਼ੀਆਂ ਹੋਣਗੀਆਂ, ਤਾਂ ਲਾਜ਼ਮੀ ਤੌਰ 'ਤੇ ਕਿਸਾਨ ਜਿਹੜੇ ਨੇ ਉਹ ਜਿਹੜੇ ਨੇ ਉਹ ਇਹਨਾਂ ਨੂੰ ਜਵਾਬ ਜ਼ਰੂਰ ਦੇਣਗੇ। ਆਪਾਂ ਨੇ ਦੇਖਿਆ ਹੀ ਹੈ ਕਿ ਜਦੋਂ ਤੁਸੀਂ ਦੇਖਿਆ ਹੋਵੇਗਾ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ, ਔਰ ਉਹਦੇ ਵਿੱਚ ਸ਼ਰੇਆਮ ਲੱਗ ਰਿਹਾ ਹੈ ਕਿ ਕਿਸਾਨਾਂ ਦੇ ਜਿਹੜੇ ਸੰਘਰਸ਼ ਦੇ ਨਾਂ ਦੇ ਉੱਤੇ ਇਸ ਸੰਘਰਸ਼ ਨੂੰ ਇੱਧਰ ਉੱਧਰ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਕਾਲੀ ਦਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਇੱਦਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਹਾਂ, ਜੇ ਤੁਹਾਨੂੰ ਸ਼ੌਕ ਹੈ ਕਿਸਾਨਾਂ ਦੇ ਨਾਲ, ਜ਼ਰੂਰ ਤੁਸੀਂ ਹਮਦਰਦੀ ਰੱਖਦੇ ਹੋ, ਤਾਂ ਤੁਸੀਂ ਕਿਸਾਨਾਂ ਦੇ ਝੰਡੇ ਥੱਲੇ ਇਕੱਠੇ ਹੋਵੋ। ਕਿਸਾਨ ਤੁਸੀਂ ਆਪਣਾ ਝੰਡਾ ਕਿਉਂ ਲੈ ਕੇ ਆ ਰਹੇ ਹੋ? ਤੁਸੀਂ ਜੇ ਕਿਸਾਨਾਂ ਦੀ ਹਮਦਰਦੀ ਹੈ ਤਾਂ ਕਿਸਾਨਾਂ ਦੇ ਝੰਡੇ ਉੱਤੇ ਥੱਲੇ ਔਰ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਔਰ ਜਿੱਥੇ ਜਿੱਥੇ ਉਹ ਬੈਠੇ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਤਾਕਤ ਦੇਣੀ ਬਣਦੀ ਸੀਗੀ, ਉਹਨਾਂ ਦੇ ਪਿੱਛੇ ਖੜ੍ਹਨਾ ਚਾਹੀਦਾ ਸੀਗਾ। ਫਿਰ ਤਾਂ ਅਸੀਂ ਮੰਨਦੇ ਕਿ ਸੱਚੀ ਮੁੱਚੀ ਅਕਾਲੀ ਦਲ ਜਿਹੜਾ ਹੈਗਾ ਉਹ ਕਿਸਾਨਾਂ ਦਾ ਹਮਦਰਦ ਹੈ। ਇੱਥੋਂ ਤਾਂ ਇਹੀ ਗੱਲ ਸਮਝਣੇ ਆ ਰਹੀ ਹੈ ਕਿ ਸਾਰਾ ਕੁਝ ਰਾਜਨੀਤਿਕ ਤੌਰ 'ਤੇ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਕਿਸਾਨ ਇਹ ਕਹਿ ਚੁੱਕੇ ਨੇ ਅਸੀਂ ਕਿ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ, ਅਸੀਂ ਰਾਜਨੀਤੀ ਪਾਰਟੀਆਂ ਨੂੰ ਜਿਹੜਾ ਹੈਗਾ ਨਹੀਂ ਸਹਿਣ ਕਰਾਂਗੇ। ਸੋ ਇਸ ਕਰਕੇ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ, ਰਾਜੇਵਾਲ ਦੀ ਗੱਲ ਨੂੰ ਉਹਨਾਂ ਨੂੰ ਸੁਣਨਾ ਚਾਹੀਦਾ ਸੀਗਾ, ਔਰ ਇਹ ਟਕਰਾਅ ਤੋਂ ਬਚਣ ਦੀ ਲੋੜ ਹੈ ਅਕਾਲੀ ਦਲ ਨੂੰ। ਜੀ ਪੰਗੂ ਸਾਹਿਬ, ਡਾਕਟਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸਾਂ 2 ਕਰਦੀਆਂ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਨੂੰ ਇਨਫੋਰਮ ਕਰਨ ਦੇ ਲਈ ਕਿ ਇਹ ਘਟਨਾਵਾਂ ਇੱਦਾਂ ਇੱਦਾਂ ਵਾਪਰੀਆਂ, ਉਹ ਕਿਸਾਨ ਨਹੀਂ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਸਾਡੇ ਮੋਬਾਈਲ ਖੋਹ ਲਏ, ਸਾਡੇ ਪੈਸੇ ਕੱਢ ਲਏ, ਸਾਡੇ ਬੰਦਿਆਂ ਦੀਆਂ ਪੱਗਾਂ ਲਾਈਆਂ ਗਈਆਂ, ਇੱਕ ਗੱਲ। ਦੂਜੀ ਗੱਲ, ਜਦੋਂ ਗੰਨੇ ਦਾ ਭਾਅ ਵਧਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਮੁੱਖ ਮੰਤਰੀ ਹੁੰਦੇ ਸੀ ਜਦੋਂ,
ਉਦੋਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਐਂ ਬਾਂਹ ਤੋਂ ਫੜ ਕੇ ਬਰਫੀ ਮੂੰਹ ਨੂੰ ਲਾਤੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜੀ, ਤਾਂ ਕੀ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਗੱਲ ਦਾ ਵੀ ਰੋਸਾ ਹੋ ਸਕਦਾ? ਸੁਖਵਿੰਦਰ ਜੀ, ਨਤੀਜਾ ਤਾਂ ਇਹ ਨਿਕਲੂਗਾ ਕਿ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਹੈ ਉਹ ਬੁਨਿਆਦੀ ਤੌਰ ਤੇ ਜਾਂ ਤਾਂ ਪੰਥਕ ਵੋਟ ਬੈਂਕ ਹੈ, ਜਿਹੜੀ ਕਿ ਪਿਛਲੇ ਵਾਰੀ ਤੁਸੀਂ ਦੇਖਿਆ ਹੋਏਗਾ ਕਿ 17 ਦੇ ਵਿੱਚ ਉਹ ਬਹੁਤ ਵੱਡਾ ਹਿੱਸਾ ਪੰਥਕ ਵੋਟ ਦਾ ਉਹ ਖਿਸਕਦਾ ਨਜ਼ਰ ਆਇਆ। ਔਰ ਦੂਜੀ ਵੋਟ ਬੈਂਕ ਹੈ ਕਿਸਾਨੀ ਦੀ, ਕਿਸਾਨੀ ਵੀ ਜਿਹੜੀ ਹੈਗੀ ਆ ਉਹਨਾਂ ਦੇ ਹੱਥਾਂ 'ਚੋਂ ਖਿਸਕਦੀ ਜਾ ਰਹੀ ਹੈ। ਔਰ ਹੁਣ ਨਤੀਜਾ ਇਹਦਾ ਕੀ ਨਿਕਲੇਗਾ ਤੁਸੀਂ ਆਪ ਜੇ ਸੋਚ ਸਕਦੇ ਹੋ ਕਿ ਦੋਨੋਂ ਹੀ ਵੱਡੇ ਥੰਮ ਜਿਹੜੇ ਨੇ ਜਿਹੜੇ ਆ ਵੋਟ ਬੈਂਕ ਮੰਨਦੇ ਸੀਗੇ ਆਪਣੇ ਆਪ ਨੂੰ ਕਿ ਅਸੀਂ ਅਕਾਲੀ ਦਲ ਦੇ ਖਾਸ ਜਿਹੜੇ ਉਹਨਾਂ ਦੇ ਵੋਟ ਬੈਂਕ ਹਾਂ ਉਹੀ ਖਿਸਕਦੇ ਨਜ਼ਰ ਆ ਰਹੇ ਨੇ। ਹੁਣ ਇਹਦਾ ਨਤੀਜਾ ਤਾਂ ਇਹੀ ਹੋਏਗਾ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਅਕਾਲੀ ਦਲ ਤੋਂ ਵੱਖਰੇ ਹੋ ਜਾਣਗੇ। ਔਰ ਦੂਸਰਾ, ਜੇਕਰ ਇੱਦਾਂ ਦੀਆਂ ਕਾਨਫਰੰਸਾਂ ਕਰਕੇ ਉਹ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਗੇ ਕਿ ਕਿਸਾਨ ਜਥੇਬੰਦੀਆਂ ਦੋਸ਼ੀ ਨੇ, ਇਹਦੇ ਲਈ ਉਹ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ। ਮੈਂ ਇਹੀ ਕਹਾਂਗਾ, ਜਾਂ ਤਾਂ ਕਿਸਾਨਾਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੋਵੇ ਉਹਨਾਂ ਨੂੰ ਕਿ ਤੁਸੀਂ ਸਾਡੇ ਨਾਲ ਆਓ ਔਰ ਇੱਦਾਂ ਦੀਆਂ ਕਾਰਵਾਈਆਂ ਕਰੋ, ਤੁਸੀਂ ਦਿੱਲੀ ਜਾਓ, ਉੱਥੇ ਵਿਰੋਧ ਜਤਾਓ। ਜੇ ਤੁਸੀਂ ਕਿਹਾ ਹੀ ਨਹੀਂ ਹੈ, ਨਾ ਕਿਸਾਨ ਜਥੇਬੰਦੀਆਂ ਨੇ ਕੋਈ ਕੁਝ ਕਿਹਾ ਹੈ, ਨਾ ਕੁਝ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ, ਸੋ ਇਸ ਕਰਕੇ ਜੇ ਕੋਈ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਆਪਣੇ ਤੌਰ 'ਤੇ ਉਹਨਾਂ ਨੂੰ ਨਜਿੱਠਣਾ ਚਾਹੀਦਾ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਹੋਇਆ ਤਾਂ ਉਹਨਾਂ ਨੂੰ ਦੱਸਣ ਕਿ ਕਿਉਂ ਧੱਕਾ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਨੂੰ ਇਸ ਵੇਲੇ ਇਹ ਸਮਝਣਾ ਚਾਹੀਦਾ ਕਿ ਉਹ 22 ਦੇ ਵਿੱਚ ਹਜੇ ਫੋਕਸ ਨਾ ਕਰਨ, ਹਜੇ ਬਹੁਤ ਸਮਾਂ ਪਿਆ, ਹਜੇ ਤਾਂ ਮਤਲਬ ਤੁਹਾਨੂੰ ਹਜੇ ਕਿਸਾਨਾਂ ਦੇ ਨਾਲ ਰਲ ਕੇ ਇਹ ਸੰਘਰਸ਼ ਲੜਨਾ ਚਾਹੀਦਾ। ਔਰ ਜਿੰਨੀ ਦੇਰ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨੀ ਦੇਰ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ। ਹਾਂ, ਤੁਹਾਨੂੰ ਪਿੱਛੇ ਲੱਗ ਕੇ ਜ਼ਰੂਰ ਉਹਨਾਂ ਦੇ ਕਿਸਾਨਾਂ ਦੇ ਝੰਡੇ ਥੱਲੇ ਲੜੋ ਤਾਂ ਬਹੁਤ ਅੱਛਾ ਲੱਗੇਗਾ, ਕਿਸਾਨਾਂ ਨੂੰ ਵੀ ਚੰਗਾ ਲੱਗੇਗਾ। ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀ ਸ਼ੁਰੂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ, ਅਕਾਲੀ ਦਲ ਇਹੀ ਕਹਿੰਦਾ ਸੀਗਾ ਕਿ ਅਸੀਂ ਕਿਸਾਨਾਂ ਦੇ ਝੰਡੇ ਥੱਲੇ ਲੜਾਂਗੇ, ਪਰ ਹੁਣ ਕਿਉਂ ਉਹ ਇੱਕਦਮ ਇੱਦਾਂ ਕਰ ਰਿਹਾ ਕਿ ਆਪਣੇ ਝੰਡੇ ਲੈ ਕੇ ਆਪਣੀ ਪਾਰਟੀ ਦੀਆਂ ਦੇ ਵਿੱਚ ਨੁਮਾਇੰਦਗੀ ਕਰਦਾ ਹੋਇਆ ਜਿਹੜੇ ਹੈਗੇ ਉਹ ਅੱਗੇ ਜਾ ਰਹੇ ਨੇ। ਸੋ ਅੱਗੇ ਫਟਾ ਇਹਦਾ ਮਤਲਬ ਹੈ ਕਿ ਇਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਗੋਂ ਇਸ ਵੇਲੇ ਤਾਂ ਲੋੜ ਇਸ ਲਈ ਹੈ ਕਿ ਸਾਰੇ ਪੰਜਾਬੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਨਾਲ ਰਲ ਕੇ ਜਿਹੜਾ ਹੈਗਾ ਚੱਲਣ ਦੀ ਲੋੜ ਹੈ। ਪੰਗੂ ਸਾਹਿਬ ਜੀ, ਡਾਕਟਰ ਸਾਹਿਬ ਬਿਲਕੁਲ, ਨਾਲ ਮਿਲ ਕੇ ਸਭ ਨੂੰ ਚੱਲਣ ਦੀ ਲੋੜ ਹੈ। ਗੱਲ ਕਰਾਂਗੇ ਕਾਂਗਰਸ ਪਾਰਟੀ ਪੰਜਾਬ ਦੀ, ਕੱਲ੍ਹ ਵੀ ਦਿੱਲੀ ਗਏ ਸੀ, ਵੱਡਾ ਫੇਰ ਬਦਲ ਚੰਨੀ ਹੋਰਾਂ ਦੇ ਬਣਨ ਤੋਂ ਬਾਅਦ ਤੁਹਾਡੇ ਸਾਹਿਬ ਇਹ ਸਾਹਮਣੇ ਹੈ ਜੋ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਨੇ ਕਾਂਗਰਸ ਪਾਰਟੀ ਨੂੰ ਤੇ ਦੂਜਾ ਚਰਨਜੀਤ ਸਿੰਘ ਚੰਨੀ ਨੂੰ। ਇਹ ਲੱਗਦਾ ਕਿ ਹਜੇ ਵੀ ਸਭ ਸ਼ਾਂਤ ਨਹੀਂ ਕਾਂਗਰਸ ਪਾਰਟੀ ਦੇ ਵਿੱਚ। ਜਾਖੜ ਦੇ ਤੀਜੇ ਹੋਰਾਂ ਨੇ ਵੀ ਅਸਤੀਫਾ ਦੇ ਤਾ ਆਪਣਾ, ਤੇ ਜੋ ਬਿਆਨ ਹੈ ਜਾਖੜ ਸਾਹਿਬ ਦਾ, ਜੋ ਦਰਦ ਬਿਆਨ ਹੁੰਦਾ ਉਹ ਵੀ ਦੇਖਦੇ ਹਾਂ। ਪਰਮਹਿੰਦਰਾ ਦੇ ਪੋਸਟਰ ਲੱਗ ਗਏ ਸੀ ਤਾਂ ਉਹ ਵੀ ਨਾਰਾਜ਼ ਹੋਣਗੇ, ਤਾਂ ਫਿਰ ਜੇ ਆਉਣ ਵਾਲਾ ਭਵਿੱਖ ਹੋਊਗਾ ਕਾਂਗਰਸ ਪਾਰਟੀ ਦਾ, ਕਿਸ ਪਾਸੇ ਵੱਲ ਉਹ ਜਾ ਸਕਦਾ? ਦੇਖੋ, ਜਿਵੇਂ ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ ਹੈ, ਨਵੇਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ, ਤਾਂ ਉਹਨਾਂ ਦੇ ਸਾਹਮਣੇ ਵੱਡੇ ਦੋ ਬੁਨਿਆਦੀ ਚੁਣੌਤੀਆਂ ਨੇ, ਵੱਡੇ ਉਹਨਾਂ ਦੇ ਮੂਹਰੇ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਕਿ ਚੁਣੌਤੀਆਂ ਦਰਪੇਸ਼ ਨੇ ਉਹਨਾਂ ਨੂੰ। ਪਹਿਲੀ ਚੁਣੌਤੀ ਹੈ ਕਿ ਵੱਖ ਵੱਖ ਧੜੇਬੰਦੀ ਨੂੰ ਇਕੱਠੇ ਕਰਕੇ ਕਿਵੇਂ ਚੱਲ ਸਕਦੇ ਨੇ, ਜਿਹਦੇ ਵਿੱਚ ਆਪਾਂ ਦੇਖਿਆ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ, ਇੱਕ ਪਾਸੇ ਮਾਝਾ ਦੀ ਬ੍ਰਿਗੇਡ ਹੈ, ਉਹ ਆਪਣੇ ਉਹਨਾਂ ਦੀ ਧੜੇਬੰਦੀ ਹੈ, ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਧੜਾ ਹੈ, ਸ਼ਮਸ਼ੇਰ ਸਿੰਘ ਦੁੱਲੋ ਇੱਕ ਆਪਣੀ ਡਫਲੀ ਵਜਾਉਂਦੇ ਆ ਵੱਖਰੀ, ਔਰ ਇਸੇ ਤਰ੍ਹਾਂ ਹੋਰ ਜਿਹੜੇ ਬਹੁਤ ਸਾਰੇ ਜਿਹੜੇ ਲੀਡਰਸ਼ਿਪ ਹੈ ਕਾਂਗਰਸ ਦੀ, ਟਕਸਾਲੀ ਹੋਣ ਚਾਹੇ ਨਵੇਂ ਹੋਣ, ਉਹਨਾਂ ਦੇ ਵੱਖਰੇ ਵੱਖਰੇ ਧੜੇਬੰਦੀ ਤੁਹਾਨੂੰ ਨਜ਼ਰ ਆਏਗੀ। ਹੁਣ ਵੱਡਾ ਸਵਾਲ ਇਹੀ ਹੁੰਦਾ ਕਿ ਕੀ ਇਸ ਧੜੇਬੰਦੀ ਨੂੰ ਦੇ ਵਿੱਚੋਂ ਉੱਭਰ ਪਾਉਣਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਜਿਹੜੀਆਂ ਇਹਨਾਂ ਉਹਨਾਂ ਤੋਂ ਉਮੀਦਾਂ ਕੀਤੀਆਂ ਜਾਂਦੀਆਂ ਨੇ, ਕੀ ਉਹ ਕਰ ਪਾਉਣਗੇ। ਮੈਨੂੰ ਇਹ ਲੱਗਦਾ ਹੈ ਕਿ ਜੇਕਰ ਹਾਈ ਕਮਾਂਡ ਸਾਥ ਦਏਗੀ ਤਾਂ ਲਾਜ਼ਮੀ ਤੌਰ 'ਤੇ, ਕਿਉਂਕਿ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਔਰ ਘੱਟੋ 3-4 ਮਹੀਨੇ ਕੁਝ ਵੀ ਨਹੀਂ ਹੁੰਦੇ ਇੱਕ ਮੁੱਖ ਮੰਤਰੀ ਦੇ ਲਈ, ਸੋ ਇਸ ਕਰਕੇ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੀ ਸਿਆਣਪ ਦੇ ਨਾਲ ਸਾਰੀ ਧੜੇਬੰਦੀ ਨੂੰ ਜਿਹੜਾ ਹੈਗਾ ਇੱਕਜੁੱਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਹੁਣ ਦੂਜਾ ਸਵਾਲ ਜਿਹੜਾ ਹੈਗਾ, ਦੂਜੀ ਚੁਣੌਤੀ ਖਾਸ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ, ਉਹ ਹੈ ਕਿ ਕੈਪਟਨ ਸਾਹਿਬ ਨੇ ਜੋ ਵੱਡੇ ਵੱਡੇ ਵਾਅਦੇ ਕੀਤੇ ਸੀਗੇ, ਜਿਹਦੇ ਵਿੱਚ ਘਰ ਘਰ ਨੌਕਰੀ ਦਾ ਵਾਅਦਾ,
ਜਿਹਦੇ ਵਿੱਚ ਨਸ਼ਿਆਂ ਨੂੰ ਨਸ਼ਿਆਂ ਦੇ ਲੱਕ ਤੋੜਨ ਦਾ ਵਾਅਦਾ ਕੀਤਾ ਸੀਗਾ ਇੱਕ ਮਹੀਨੇ ਦੇ ਵਿੱਚ। ਸੋ ਇਸ ਤਰ੍ਹਾਂ ਦੇ ਕਿਸਾਨੀ ਨੂੰ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀਗਾ। ਸੋ ਇੱਦਾਂ ਦੇ ਕੰਮਾਂ ਨੂੰ ਕਰ ਪਾਉਣਗੇ ਜਾਂ ਨਹੀਂ ਕਰਨ ਪਾਉਣਗੇ, ਜਾਂ ਬਰਗਾੜੀ ਕਾਂਡ ਨੂੰ ਹੱਲ ਕਰ ਪਾਉਣਗੇ ਕਿ ਨਹੀਂ ਪਾਉਣਗੇ, ਇਹ ਵੀ ਇੱਕ ਬੁਨਿਆਦੀ ਚੁਣੌਤੀਆਂ ਉਹਨਾਂ ਦੇ ਸਾਹਮਣੇ ਹੋਣਗੀਆਂ। ਸੋ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਜਿੰਨਾ ਕੁ ਸਮਾਂ ਉਹਨਾਂ ਕੋਲ ਬਚਿਆ ਉਸ ਨੂੰ ਸਾਰਥਕ ਤਰੀਕੇ ਦੇ ਨਾਲ ਲਾਉਣਗੇ, ਔਰ ਚੰਗੀ ਟੀਮ ਆਪਣੀ ਬਣਾਉਣਗੇ, ਚੰਗੇ ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਗੇ, ਔਰ ਤਾਂ ਕਿ ਪੰਜਾਬ ਦੇ ਜਿਹੜੇ ਆ ਉਹ ਬਹੁਤ 4.5 ਸਾਲਾਂ ਤੋਂ ਆਪਾਂ ਨੂੰ ਪਤਾ ਹੈ ਇੱਕ ਲੰਬੇ ਸਮੇਂ ਤੋਂ ਇਹ ਜਿਹੜੇ ਕੰਮ ਫਸੇ ਹੋਏ ਸੀ ਲੋਕਾਂ ਦੇ, ਲੋਕਾਂ ਨੂੰ ਲੱਗਦਾ ਸੀਗਾ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਸੀ ਆ ਰਹੀ। ਸੋ ਉਸ ਨੂੰ ਵੀ ਜਿਹੜਾ ਹੈਗਾ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਪੰਗੂ ਸਾਹਿਬ, ਤੁਸੀਂ ਆਪਾਂ ਦੇਖ ਸਕਦੇ ਹਾਂ ਕਿ ਚੰਨੀ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਇਹਨੂੰ ਹੁਣ ਆਉਣ ਵਾਲਾ ਸਮਾਂ ਹੀ ਨਿਰਧਾਰਤ ਕਰੇਗਾ ਕਿ ਕੀ ਉਹ ਇਹਨਾਂ ਚੁਣੌਤੀਆਂ ਨੂੰ ਪਾਰ ਕਰ ਪਾਉਂਦੇ ਹੈ ਜਾਂ ਇਹਨਾਂ ਚੁਣੌਤੀਆਂ ਦੇ ਵਿੱਚ ਫਸ ਕੇ ਜਿਹੜਾ ਹੈਗਾ ਟਾਈਮ ਵੇਸਟ ਕਰਦੇ ਹੈ, ਇਹ ਹੁਣ ਸਮਾਂ ਦੱਸੇਗਾ। ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਇੱਕ ਨਵਾਂ, ਕਿਉਂਕਿ ਉਹਨਾਂ ਨੂੰ ਚਿਹਰਾ ਮਿਲਿਆ ਹੈ, ਬਾਕੀ ਵੀ ਜਿਹੜੇ ਵੱਖ ਵੱਖ ਜਿਹੜੇ ਆਪਾਂ ਕਹਿ ਸਕਦੇ ਕੈਬਨਿਟ ਮੰਤਰੀ ਉਹਨਾਂ ਨੂੰ ਮਿਲ ਸਕਦੇ ਆ ਨਵੇਂ, ਸੋ ਉਹਨਾਂ ਦੇ ਨਾਲ ਪੰਜਾਬ ਦੀ ਜਿਹੜੀ ਰਫਤਾਰ ਖੜੀ ਹੋਈ ਸੀਗੀ ਉਹ ਤੇਜ਼ੀ ਉਹਦੇ ਵਿੱਚ ਤੇਜ਼ੀ ਆਏਗੀ, ਔਰ ਪੰਜਾਬ ਦਾ ਜਿਹੜੇ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਜ਼ਰੂਰ ਕਰਨਗੇ। ਸੋ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਪੰਗੂ ਸਾਹਿਬ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਭੀਮਿੰਦਰ ਸਿੰਘ ਸਿਆਸੀ ਮਾਰ, ਬੜੇ ਵਿਭਾਗ ਅਤੇ ਸਰਲ ਤਰੀਕੇ ਨਾਲ ਅਤੇ ਬੜੀ ਅਹਿਮ ਡੂੰਘੀ ਜਾਣਕਾਰੀ ਦੇ ਨਾਲ। ਪ੍ਰਭਾਵ ਕੀ ਪੈਣਗੇ ਕਿਸ ਗੱਲ 'ਤੇ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ 2 ਪ੍ਰੈਸ ਕਾਨਫਰੰਸਾਂ ਕਰਤੀਆਂ ਸੰਯੁਕਤ ਕਿਸਾਨ ਮੋਰਚੇ ਨੂੰ ਇਨਫੋਰਮ ਕਰਨ ਦੇ ਲਈ, ਉਸਦੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵ ਪੈ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਪੋਲੀਟੀਕਲ ਉਹਨਾਂ ਦੀ ਨੀਤੀ ਹੈ ਉਸ ਦੇ ਉੱਤੇ? ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਜੋ ਪੂਰਾ ਇਹ ਘਟਨਾਕ੍ਰਮ ਹੈ ਪੰਜਾਬ ਦੀ ਸਿਆਸਤ ਹੈ, ਖਾਸ ਕਰਕੇ ਨਵਾਂ ਮੋੜ ਇਸ ਗੱਲ ਨੂੰ ਲੈ ਕੇ ਵੀ ਹੈ, ਕਿਉਂਕਿ ਕਿਸਾਨੀ ਅੰਦੋਲਨ 1 ਸਾਲ ਦੇ ਲੰਮੇ ਸਮੇਂ ਤੋਂ ਦਿੱਲੀ ਦੀ ਬਰੂਹਾਂ 'ਤੇ, ਦਿੱਲੀ ਦੇ ਦਰਵਾਜ਼ਿਆਂ 'ਤੇ ਚੱਲਦਾ। ਇਸ ਮਾਮਲੇ ਦੇ ਵਿੱਚ ਅਪਡੇਟ ਹੋਊਗੀ, ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣ ਚੈਨਲ ਪੰਜਾਬੀ 'ਤੇ। ਧੰਨਵਾਦ।